ਹਾਂਜੀ, ਕਿੱਦਾਂ? ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਅੱਜ ਮੈਂ ਤੁਹਾਨੂੰ ਦੋ ਬੜੇ ਵਧੀਆ ਭੰਗੜੇ ਦੇ ਸਟੈਪਸ ਸਿਖਾਉਣ ਲੱਗੀ ਹਾਂ, ਸਿੰਗਲ ਚੱਫਾ ਅਤੇ ਡਬਲ ਚੱਫਾ। ਬਹੁਤ ਕੈਂਟ ਸਟੈਪਸ ਨੇ ਇਹ ਦੋਵੇਂ ਹੀ। ਇਹ ਸਟੈਪ ਕਰਨ ਨਾਲ ਲੱਤਾਂ ਅਤੇ ਬਾਹਾਂ 'ਚ ਜਾਨ ਵੱਧਦੀ ਹੈ ਅਤੇ ਕੋਰ ਸਟਰੈਂਥ ਵੀ ਵੱਧਦੀ ਹੈ ਬਹੁਤ ਵੱਡੀ। ਬੜਾ ਵਧੀਆ ਵਰਕਆਊਟ ਹੁੰਦਾ ਇਹ ਸਟੈਪ ਕਰਕੇ। ਨਾਲੇ ਇਹ ਹਰ ਗਾਣੇ 'ਤੇ ਪਾ ਸਕਦੇ ਹੋ ਤੁਸੀਂ ਸਟੈਪ, ਬਹੁਤ ਕਾਮਨਲੀ ਯੂਜ਼ ਸਟੈਪ ਨੇ ਭੰਗੜੇ 'ਤੇ। ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ, ਜੇ ਤੁਹਾਨੂੰ ਮੇਰੇ ਟਿਊਟੋਰੀਅਲਸ ਪਸੰਦ ਨੇ ਤਾਂ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਸਬਸਕ੍ਰਾਈਬ ਕਰਕੇ। ਚਲੋ ਹੁਣ ਸਿੱਖੀਏ ਆਪਾਂ ਸਟੈਪ। ਚਲੋ ਜੀ, ਪਹਿਲਾਂ ਆਪਾਂ ਲੱਤਾਂ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਲੱਤਾਂ ਦੋਵੇਂ ਸਟੈਪਸ ਲਈ ਸੇਮ ਨੇ। ਆਪਣੀਆਂ ਲੱਤਾਂ ਮੋਢੇ ਦੀ ਸਿਹਤ ਤੱਕ, ਆਪਣੇ ਮੋਢਿਆਂ ਦੀ ਸਿਹਤ ਤੱਕ ਰੱਖੋ, ਉਨੀਆਂ ਕੁ ਦੂਰ। ਗੋਡੇ ਥੋੜ੍ਹੇ ਮੋੜ ਕੇ ਰੱਖੋ। ਹੁਣ ਆਪਣੀ ਖੱਬੀ ਲੱਤ ਤਾਂ ਚੱਕੋ ਆਪਣੇ ਲੱਕ ਤੱਕ, ਤੁਸੀਂ ਜੇ ਹੋਰ ਉੱਪਰ ਚੱਕ ਸਕਦੇ ਹੋ ਤਾਂ ਹੋਰ ਵੀ ਵਧੀਆ। ਗੋਡੇ ਮੋੜ ਕੇ ਰੱਖਣੇ ਨੇ। ਹੁਣ ਸੱਜੀ ਲੱਤ 'ਤੇ ਬੈਲੈਂਸ ਰੱਖ ਕੇ ਖੱਬੀ ਲੱਤ ਦੋ ਵਾਰੀ ਬਾਹਰ ਨੂੰ ਕਿੱਕ ਕਰਾਂਗੇ ਆਪਾਂ। ਤੁਹਾਡੇ ਪੈਰ ਦੀਆਂ ਉਂਗਲਾਂ ਤਾਂ ਵੱਲ ਨੂੰ ਹੋਣੀਆਂ ਚਾਹੀਦੀਆਂ, ਸਾਹਮਣੇ ਨਹੀਂ। ਹੁਣ ਇਹੀ ਸੇਮ ਮੋਸ਼ਨ ਕਰਨਾ ਆਪਾਂ ਦੂਜੀ ਲੱਤ ਨਾਲ, ਸੱਜੀ ਲੱਤ ਨਾਲ। ਇਹੀ ਮੋਸ਼ਨ ਦੁਬਾਰਾ ਦੁਬਾਰਾ ਰਿਪੀਟ ਕਰੋ। ਇੱਕ ਪਾਸੇ ਜ਼ਰਾ ਜਿਹਾ ਝੁੱਕ ਸਕਦੇ ਹੋ ਜੇ ਬੈਲੈਂਸ 'ਚ ਪ੍ਰੋਬਲਮ ਲੱਗਦੀ ਹੈ ਤੁਹਾਨੂੰ। ਆਪਣੇ ਐਬਸ ਖਿੱਚ ਕੇ ਰੱਖੋ ਅੰਦਰ ਵੱਲ ਨੂੰ। ਐਬਸ ਸਾਰਿਆਂ ਦੇ ਹੁੰਦੇ ਨੇ ਢਿੱਡ ਦੇ ਥੱਲੇ, ਭਾਵੇਂ ਤੁਹਾਨੂੰ ਦੇਖਦੇ ਨੇ ਜਾਂ ਨਹੀਂ ਦੇਖਦੇ। ਇਸ ਐਬ ਮਸਲ ਨੂੰ ਯੂਜ਼ ਕਰਨਾ ਬਹੁਤ ਜ਼ਰੂਰੀ ਹੁੰਦਾ ਬੈਲੈਂਸ ਲਈ। ਹੁਣ ਆਪਾਂ ਬੈਲੈਂਸ ਕਰਨ ਵਾਲੀ ਲੱਤ ਨਾਲ ਛੋਟਾ ਜਿਹਾ ਜੰਪ ਐਡ ਕਰਨਾ ਆਪਾਂ, ਜਿੰਨੀ ਵਾਰੀ ਤੁਹਾਡੀ ਖੱਬੀ ਲੱਤ ਬਾਹਰ ਵੱਲ ਨੂੰ ਕਿੱਕ ਕਰਦੀ ਹੈ। ਇਹ ਧਮਾਲ ਵਰਗਾ ਸਟੈਪ ਹੈ। ਜੇ ਤੁਹਾਨੂੰ ਧਮਾਲ ਸਟੈਪ ਕਰਨਾ ਨਹੀਂ ਆਉਂਦਾ ਤਾਂ ਪਹਿਲਾਂ ਇੱਥੇ ਕਲਿੱਕ ਕਰਕੇ ਉਹ ਸਿੱਖ ਲਓ। ਜੰਪ ਸੇਮ ਟਾਈਮ 'ਤੇ ਕਰੀਦਾ ਜਦੋਂ ਦੂਜੀ ਲੱਤ ਕਿੱਕ ਕਰ ਰਹੀ ਹੈ, ਪਹਿਲਾਂ ਨਹੀਂ, ਲੇਟ ਨਹੀਂ। ਆਪਣੀ ਬੋਡੀ ਨੂੰ ਅਤੇ ਲੱਤ ਨੂੰ, ਸੋਰੀ ਲੱਕ ਨੂੰ ਸਿੱਧਾ ਰੱਖੋ। ਮੋਢੇ ਥੱਲੇ ਵੱਲ ਨਹੀਂ ਸੁੱਟਣੇ, ਮਾੜੇ ਪੋਸਚਰ ਨਾਲ ਭੰਗੜਾ ਵਧੀਆ ਨਹੀਂ ਲੱਗਦਾ। ਹੁਣ ਆਪਾਂ ਪ੍ਰੈਕਟਿਸ ਕਰ ਲਈਏ ਅੱਠ ਕਾਊਂਟਾਂ 'ਤੇ। ਆਪਣੇ ਹੱਥ ਹਜੇ ਲੱਕ 'ਤੇ ਰੱਖੋ, ਲੱਤਾਂ ਦੋ ਕਾਊਂਟਸ ਤੋਂ ਬਾਅਦ ਚੇਂਜ ਕਰਨੀਆਂ, ਠੀਕ ਹੈ ਜੀ? 1, 2, 3, 4, 5, 6, 7 and 8। ਜੇ ਹਜੇ ਵੀ ਤੁਹਾਡੇ ਤੋਂ ਬੈਲੈਂਸ ਨਹੀਂ ਹੋ ਰਿਹਾ ਚੰਗੀ ਤਰ੍ਹਾਂ ਤਾਂ ਪੇਟ ਅੰਦਰ ਵੱਲ ਨੂੰ ਖਿੱਚੋ। ਕੋਰ ਸਟਰੈਂਥ ਜ਼ਰੂਰੀ ਹੁੰਦੀ ਹੈ, ਪਰ ਟੈਂਸ਼ਨ ਨਹੀਂ ਲੈਣੀ ਬਹੁਤੀ। ਤੁਹਾਡੀ ਬੋਡੀ ਨੂੰ, ਮਸਲਸ ਨੂੰ ਟਾਈਮ ਚਾਹੀਦਾ ਹੁੰਦਾ ਕੋਈ ਵੀ ਨਵੀਂ ਮੂਵਮੈਂਟ ਸਿੱਖਣ ਲਈ। ਸੋ ਪ੍ਰੈਕਟਿਸ ਕਰੀ ਜਾਓ, ਪ੍ਰੋ ਡਾਂਸਰ ਬਣ ਜਾਣਾ ਤੁਸੀਂ ਬਹੁਤ ਛੇਤੀ। ਸਿੰਗਲ ਅਤੇ ਡਬਲ ਝੱਫੇ 'ਚ ਲੱਤਾਂ ਦਾ ਸਟੈਪ ਸੇਮ ਹੁੰਦਾ, ਔਖਾ ਪਾਰਟ ਮੁੱਕ ਗਿਆ। ਹੁਣ ਆਪਾਂ ਬਾਹਾਂ ਦਾ ਸਿੱਖ ਲਈਏ। ਸਿੰਗਲ ਝੱਫੇ ਲਈ ਆਪਣੀ ਉਹ ਵਾਲੀ ਬਾਂਹ ਤਾਂ ਨੂੰ ਚੱਕੋ ਜਿਹੜੀ ਬੈਲੈਂਸ ਕਰਨ ਵਾਲੀ ਲੱਤ ਦੇ ਨਾਲ। ਸੋ ਜੇ ਤੁਸੀਂ ਕਿੱਕ ਖੱਬੀ ਲੱਤ ਦੇ ਨਾਲ ਕਰ ਰਹੇ ਹੋ ਤਾਂ ਆਪਣੀ ਸੱਜੀ ਬਾਂਹ ਤਾਂ ਚੱਕੋ ਅਤੇ ਖੱਬੀ ਬਾਂਹ ਥੱਲੇ ਰੱਖੋ। ਹੱਥਾਂ ਦੀਆਂ ਤਲੀਆਂ ਖੋਲ੍ਹ ਕੇ ਰੱਖੋ, ਉਂਗਲਾਂ ਜੋੜ ਕੇ। ਆਪਾਂ ਬਾਹਾਂ ਨਾਲ ਇਹ ਲਹਿਰ ਜਿਹੀ ਬਣਾਉਣੀ ਹੈ, ਹੱਥ ਬੰਦ ਕਰਕੇ ਅਤੇ ਖੋਲ੍ਹ ਕੇ। ਬਾਹਾਂ ਬਹੁਤ ਜ਼ਿਆਦੀਆਂ ਪਿੱਛੋਂ ਲਿਆਉਣ ਦੀ ਲੋੜ ਨਹੀਂ। ਇਹ ਸੋਚੋ ਕਿ ਤੁਹਾਡੀਆਂ ਬਾਹਾਂ ਜਿਹੜੀਆਂ ਨੇ ਉਹ ਕਿੱਕ ਕਰਨ ਵਾਲੀ ਲੱਤ ਦੇ ਨਾਲ ਜੁੜੀਆਂ, ਠੀਕ ਹੈ? ਜਦੋਂ ਲੱਤ ਤੁਹਾਡੀ ਕਰਦੀ ਬਾਹਰ ਨੂੰ ਕਿੱਕ, ਉੱਦਾਂ ਹੀ ਬਾਹਾਂ ਬਾਹਰ ਜਾਂਦੀਆਂ। ਜਦੋਂ ਲੱਤ ਪਿੱਛੇ ਜਾਂਦੀ ਤਾਂ ਬਾਂਹ ਵੀ ਪਿੱਛੇ ਚਲੀ ਜਾਂਦੀ ਹੈ। ਆਪਣੀਆਂ ਜਿਹੜੀਆਂ ਕੋਹਣੀਆਂ ਉਹਨਾਂ ਨੂੰ ਵੀ ਥੋੜ੍ਹਾ ਮੋੜ ਕੇ ਰੱਖੋ। ਜਦੋਂ ਲੱਤਾਂ ਚੇਂਜ ਕਰਨੀਆਂ ਸਟੈਪ 'ਚ, ਨਾਲ ਹੀ ਬਾਹਾਂ ਵੀ ਚੇਂਜ ਕਰਨੀਆਂ, ਬਟ ਬਾਹਾਂ ਅੱਗਿਓਂ ਅਤੇ ਬੋਡੀ ਦੇ ਸਾਹਮਣਿਓਂ ਚੇਂਜ ਕਰਨੀਆਂ। ਦੋਵੇਂ ਹੱਥ ਲਾਗੇ ਲਿਆ ਕੇ ਫਿਰ ਚੇਂਜ ਕਰਨੀਆਂ ਬਾਹਾਂ। ਹੁਣ ਆਪਾਂ ਬਾਹਾਂ ਦਾ ਅਤੇ ਲੱਤਾਂ ਦਾ ਇਕੱਠਾ ਪ੍ਰੈਕਟਿਸ ਕਰ ਲਈਏ, ਉਹੀ ਸੇਮ ਅੱਠ ਕਾਊਂਟ ਨਾਲ। ਯਾਦ ਰੱਖਿਓ, ਦੋ ਕਾਊਂਟ ਤੋਂ ਬਾਅਦ ਚੇਂਜ ਕਰਨੀਆਂ ਲੱਤਾਂ ਦੇ ਬਾਹਾਂ। 1, 2, 3, 4, 5, 6, 7 and 8। ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਟਾਈਲਿੰਗ ਦਾ ਐਲੀਮੈਂਟ ਦੱਸਣ ਲੱਗੀ ਹਾਂ। ਗੈਸ ਕਰੋ ਕੀ ਹੈ ਭਲਾ? ਮੋਢਿਆਂ ਦਾ ਐਲੀਮੈਂਟ। ਜਦੋਂ ਤੁਸੀਂ ਲੱਤ ਆਪਣੀ ਬਾਹਰ ਨੂੰ ਕਿੱਕ ਕਰਦੇ ਹੋ ਅਤੇ ਬਾਹਾਂ ਅੱਗੇ ਵੱਲ ਨੂੰ ਲੈ ਕੇ ਆਉਂਦੇ ਹੋ ਸਟੈਪ 'ਚ, ਆਪਣੇ ਮੋਢੇ ਵੀ ਹਿਲਾਓ ਥੋੜ੍ਹੇ ਜਿਹੇ ਉੱਪਰ ਥੱਲੇ, ਬਹੁਤ ਜ਼ਿਆਦਾ ਨਹੀਂ, ਹਲਕਾ ਜਿਹਾ ਮੋਸ਼ਨ ਹੈ। ਹੁਣ ਆਪਾਂ ਇਸ ਸਟੈਪ ਦੇ ਸਾਰੇ ਮੋਸ਼ਨ ਸਿੱਖ ਲੈਣੇ, ਲੱਤਾਂ ਦਾ, ਬਾਹਾਂ ਦਾ, ਮੋਢਿਆਂ ਦਾ।
ਹੁਣ ਟਾਈਮ ਆ ਸਾਰਾ ਕੁਝ ਇਕੱਠਾ ਕਰਕੇ ਇੱਕ ਵਾਰੀ ਕਾਊਂਟ ਨਾਲ ਪ੍ਰੈਕਟਿਸ ਕਰਨ ਦਾ ਆਰਾਮ ਨਾਲ ਇਹਨਾਂ 8 ਕਾਊਂਟਸ ਦੇ ਮੇਰੇ ਨਾਲ ਪ੍ਰੈਕਟਿਸ ਕਰੋ 1 2 3 4 5 6 7 and 8 ਹਾਂਜੀ ਬਸ ਮੁੱਕ ਚੱਲੇ ਆਲਮੋਸਟ ਥੋੜ੍ਹਾ ਜਿਹਾ ਹੋਰ ਡਬਲ ਚੱਫਾ ਬਿਲਕੁਲ ਸੇਮ ਆ ਸਿੰਗਲ ਚੱਫੇ ਵਰਗਾ ਹੀ ਆ ਬਿਲਕੁਲ ਬਟ ਇਹ 'ਚ ਸਿਰਫ ਇੱਕ ਫਰਕ ਆ ਬਾਹਾਂ ਦਾ ਉਹ ਐਕਚੁਲੀ ਸੌਖੀਆਂ ਨੇ ਸਿੰਗਲ ਚੱਫੇ ਨਾਲੋਂ ਹੁਣ ਇੱਕ ਬਾਂਹ ਉੱਤੇ ਅਤੇ ਦੂਜੀ ਥੱਲੇ ਦੀ ਬਜਾਏ ਆਪਾਂ ਸ਼ੁਰੂ ਕਰਾਂਗੇ ਦੋਵੇਂ ਬਾਹਾਂ ਥੱਲੇ ਲਿਆ ਕੇ ਫਿਰ ਉਹੀ ਸੇਮ ਮੋਸ਼ਨ ਰਿਪੀਟ ਕਰਾਂਗੇ ਜਦੋਂ ਲੱਤ ਬਾਹਰ ਨੂੰ ਕਿੱਕ ਕਰਦੀ ਹੈ ਅਤੇ ਬਾਹਾਂ ਵੀ ਬਾਹਰ ਨੂੰ ਜਾਣਗੀਆਂ ਆਪਣੀਆਂ ਬਾਹਾਂ ਅਤੇ ਮੋਢੇ ਚੌੜੇ ਕਰਕੇ ਰੱਖੋ ਇਸ ਸਟੈਪ ਲਈ ਯੂਨੋ ਥੋੜ੍ਹਾ ਬਦਮਾਸ਼ਾਂ ਵਾਂਗ ਚੌੜੇ ਹੋਣਾ ਇਸ ਸਟੈਪ 'ਚ ਪਰ ਸਟੈਪ ਕੰਟਰੋਲ ਨਾਲ ਹੀ ਕਰਨਾ ਫਿਰ ਵੀ ਜਦੋਂ ਲੱਤਾਂ ਚੇਂਜ ਕਰਦੇ ਹੋ ਤਾਂ ਦੋਵੇਂ ਬਾਹਾਂ ਥੱਲੇ ਲੈ ਕੇ ਆਓ ਅਤੇ ਫਿਰ ਉਹੀ ਸੇਮ ਮੋਸ਼ਨ ਕਰਨਾ ਆਪਾਂ ਬੋਡੀ ਤੋਂ ਥੋੜ੍ਹੀਆਂ ਦੂਰ ਰੱਖਣੀਆਂ ਆਪਾਂ ਬਾਹਾਂ ਇਸ ਸਟੈਪ 'ਚ ਡਬਲ ਚੱਫੇ 'ਚ ਤੁਸੀਂ ਇੱਕ ਪਾਸੇ ਜ਼ਰਾ ਜਿਹਾ ਜ਼ਿਆਦਾ ਝੁੱਕ ਸਕਦੇ ਹੋ ਬੈਲੈਂਸ ਰੱਖਣ ਲਈ ਕਿਉਂਕਿ ਜਦੋਂ ਦੋਵੇਂ ਬਾਹਾਂ ਉੱਪਰ ਜਾਂ ਥੱਲੇ ਹੁੰਦੀਆਂ ਤਾਂ ਆਪਣਾ ਬੋਡੀ ਦਾ ਸੈਂਟਰ ਆਫ ਗ੍ਰੈਵਿਟੀ ਜਿਹੜਾ ਉਹ ਸ਼ਿਫਟ ਹੋ ਜਾਂਦਾ ਸੋ ਝੁੱਕ ਸਕਦੇ ਹੋ ਤੁਸੀਂ ਚਲੋ ਬਸ ਇੱਕ ਅਖੀਰਲੀ ਪ੍ਰੈਕਟਿਸ ਕਰ ਲਈ ਆਪਾਂ 8 ਕਾਊਂਟਸ ਨਾਲ ਤਿਆਰ ਹੋ 1 2 3 4 5 6 7 and 8 ਬਸ ਹੁਣ ਆਪਾਂ ਸਟੈਪ ਪ੍ਰੈਕਟਿਸ ਕਰ ਲਈਏ ਮਿਊਜ਼ਿਕ ਦੇ ਨਾਲ ਅੱਜ ਮੈਂ ਢੋਲ ਯੂਜ਼ ਕਰ ਰਹੀ ਹਾਂ ਮੈਂ ਤੁਹਾਨੂੰ ਦੋਵੇਂ ਸਟੈਪਸ ਹੌਲੀ ਅਤੇ ਤੇਜ਼ ਤਾਲ 'ਤੇ ਕਰਕੇ ਦਿਖਾਊਂਗੀ ਮੈਨੂੰ ਪਤਾ ਤੁਸੀਂ ਪਸੰਦ ਕਰਦੇ ਹੋ ਕਿ ਟਿਊਟੋਰੀਅਲਸ ਜਾਂ ਸਟੈਪਸ ਮੈਂ ਨਵੇਂ ਗਾਣਿਆਂ 'ਤੇ ਮਸ਼ਹੂਰ ਗਾਣਿਆਂ 'ਤੇ ਬਣਾਵਾਂ ਪਰ ਪੰਗਾ ਇਹ ਹੈ ਕਿ ਸਾਰੇ ਗਾਣੇ ਕਾਪੀਰਾਈਟਡ ਨੇ ਅਤੇ ਜਿਹੜੇ ਮਿਊਜ਼ਿਕ ਲੇਬਲ ਨੇ ਉਹ ਕਾਪੀਰਾਈਟ ਕਲੇਮ ਕਰ ਦਿੰਦੇ ਮੇਰੇ ਵੀਡੀਓਜ਼ 'ਤੇ ਮਤਲਬ ਮਿਹਨਤ ਸਾਰੀ ਮੇਰੀ ਅਤੇ ਐਡ ਰੈਵਨਿਊ ਸਾਰਾ ਉਹਨਾਂ ਦਾ ਇਸ ਲਈ ਮੈਂ ਇਸ ਟਿਊਟੋਰੀਅਲ 'ਚ ਢੋਲ ਜਾਂ ਰੀਮਿਕਸ ਯੂਜ਼ ਕਰ ਰਹੀ ਹਾਂ ਜੇ ਤੁਹਾਡੇ ਕੋਲ ਕੋਈ ਨੋਨ ਕਾਪੀਰਾਈਟ ਮਿਊਜ਼ਿਕ ਹੈਗਾ ਪੰਜਾਬੀ ਜਿਹੜਾ ਮੈਂ ਟਿਊਟੋਰੀਅਲਸ ਲਈ ਯੂਜ਼ ਕਰ ਸਕਦੀ ਹਾਂ ਤਾਂ ਥੱਲੇ ਪੋਸਟ ਕਰੋ ਲਿੰਕ ਕਮੈਂਟਸ 'ਚ ਜ਼ਰੂਰ ਚਲੋ ਜੀ ਸੇਮ ਉਹੀ 8 ਕਾਊਂਟਸ ਨਾਲ ਆਪਾਂ ਪ੍ਰੈਕਟਿਸ ਕਰਾਂਗੇ ਦੋਵੇਂ ਸਟੈਪਸ ਸ਼ੁਰੂ ਕਰਾਂਗੇ ਆਪਾਂ ਸਿੰਗਲ ਚੱਫੇ ਤੋਂ ਹਾਂਜੀ ਕਿੱਦਾਂ ਲੱਗਾ ਪ੍ਰੈਕਟਿਸ ਕਰਕੇ ਇੱਕ ਵਾਰੀ ਤੇਜ਼ ਗਾਣੇ 'ਤੇ ਵੀ ਪ੍ਰੈਕਟਿਸ ਕਰ ਲਈਏ ਰਾਈਟ ਚਲੋ ਟਰਾਈ ਕਰਦੇ ਹਾਂ ਆਪਾਂ ਹੁਣ ਡੀਜੇ ਫਰੈਂਜੀ ਦਾ ਜੱਟ ਦਾ ਮੁਕਾਬਲਾ ਰੀਮਿਕਸ ਹੈ ਸੇਮ ਕਾਊਂਟਸ ਕਰਨੇ ਤੁਸੀਂ ਮੇਰੇ ਨਾਲ ਮੈਂ ਤੁਹਾਨੂੰ ਕਾਊਂਟਡਾਊਨ ਦਊਂਗੀ ਸ਼ੁਰੂ ਕਰਨ ਤੋਂ ਪਹਿਲਾਂ ਬਸ ਇੰਨੀ ਗੱਲ ਸੀ ਹੁਣ ਤੁਹਾਨੂੰ ਦੋ ਹੋਰ ਬੜੇ ਵਧੀਆ ਭੰਗੜੇ ਦੇ ਸਟੈਪ ਆ ਗਏ ਨੇ ਬਹੁਤ ਬਹੁਤ ਧੰਨਵਾਦ ਦੇਖਣ ਲਈ ਆਈ ਹੋਪ ਤੁਹਾਨੂੰ ਚੰਗੇ ਲੱਗੇ ਸਟੈਪ ਅਤੇ ਵਧੀਆ ਵਰਕਆਊਟ ਵੀ ਹੋ ਗਿਆ ਤੁਹਾਡਾ ਨਾਲ ਦੇ ਨਾਲ ਪ੍ਰੈਕਟਿਸ ਕਰੀ ਜਾਓ ਬਸ ਅਤੇ ਨਾਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦਾ ਲੱਗਾ ਮਿਲਦੇ ਹਾਂ ਫਿਰ ਆਪਾਂ ਅਗਲੇ ਟਿਊਟੋਰੀਅਲ 'ਚ ਸਤਿ ਸ਼੍ਰੀ ਅਕਾਲ